ਅੱਜ ਤਾਂ ਦੀਦੀ ਖੁਸ਼ ਹੋ ਜੂਗੀ, ਵਿਚਾਰੀ ਇਕੱਲੀ ਲੱਗੀ ਰਹਿੰਦੀ ਹੈ ਘਰ ਦੇ ਕੰਮਾਂ ਨੂੰ। ਇਹ ਤਾਂ ਨਿਬੜ ਗਿਆ ਅੱਜ। ਅੱਜ ਕਿਵੇਂ ਮੇਰੀ ਭੈਣ ਲੱਗੀ ਪਈ ਹੈ ਸਫਾਈਆਂ ਕਰਨ? ਮੈਨੂੰ ਪਤਾ ਹੀ ਸੀ ਦੀਦੀ ਤੁਸੀਂ ਤਾਂ ਇੱਦਾਂ ਹੀ ਕਹੋਗੇ, ਤੁਹਾਡੀ ਹੈਲਪ ਕਰ ਰਹੀ ਹਾਂ। ਮੈਂ ਕਿਹਾ ਅੱਜ ਛੁੱਟੀ ਹੈ, ਨਾਲੇ ਤੁਹਾਨੂੰ ਹੈਲਪ ਹੋ ਜੂਗੀ, ਨਾਲੇ ਮੇਰਾ ਵੀ ਟਾਈਮ ਪਾਸ ਹੋ ਗਿਆ, ਠੰਡੇ ਠੰਡੇ ਸਾਰਾ ਸਫਾਈ ਦਾ ਕਰਤਾ ਮੈਂ। ਓਹੋ, ਤੂੰ ਕਾਹਨੂੰ ਖੇਚਲਾ ਕੀਤੀ, ਮੈਂ ਹੈਗੀ ਤਾਂ ਸੀ, ਕਰ ਲੈਂਦੀ ਆਪ ਹੀ। ਆ ਗੋਹਾ ਸਿੱਟ ਕੇ ਆਈ ਸੀ, ਮੈਂ ਖਾ ਕੇ ਝਾੜੂ ਲਾਉਂਦੀ ਹਾਂ, ਤੂੰ ਦੇਖਿਆ ਤੂੰ ਲੱਗੀ ਪਈ ਹੈ। ਦੀਦੀ 'ਚ ਖੇਚਲ ਕੀ ਹੈ, ਰੋਜ਼ ਤੁਸੀਂ ਕਰਦੇ ਹੋ ਨਾ, ਤੇ ਮੈਂ ਤਾਂ ਸਿਰਫ ਇੱਕ ਦਿਨ ਹੀ ਕੰਮ ਕੀਤਾ। ਮੈਂ ਕਿਹਾ ਚਲੋ ਛੁੱਟੀ ਹੈ, ਕਰ ਲੈਂਦੇ ਹਾਂ। ਹਾਂ, ਤੇ ਛੁੱਟੀ ਹੈ ਇੱਕ ਦਿਨ ਤਾਂ ਆਰਾਮ ਨਹੀਂ ਹੋਇਆ ਹਨਾ ਤੇਰੇ ਤੋਂ, ਕੰਮ ਕਰ ਲਓ। ਕੋਈ ਨਹੀਂ ਦੀਦੀ, ਹੋਰ ਤੁਸੀਂ ਦੱਸੋ ਠੀਕ ਹੋ? ਮੈਨੂੰ ਕੀ ਹੋਣਾ, ਗਰਮੀ ਬਹੁਤ ਪਈ ਜਾਂਦੀ ਹੈ, ਦੇਖ ਭੈਣੇ ਬਾਹਰ, ਤੂੰ ਚੁੱਪ ਕਰਕੇ ਅੰਦਰ ਬੈਠ ਜਾ ਤੇ ਮੈਨੂੰ ਦੱਸ ਦੇ ਕੀ ਖਾਣਾ, ਮੈਂ ਉਹ ਬਣਾ ਦਿੰਦੀ ਹਾਂ। ਮੈਂ ਬਣਾਉਂਦੀ ਹਾਂ, ਤੁਸੀਂ ਦੱਸੋ ਮੈਂ ਕੀ ਬਣਾਵਾਂ। ਲੈ ਕਮਾਲ ਕਰੀ ਜਾਂਦੀ ਹੈ, ਮੈਂ ਬਣਾ ਦਿੰਦੀ ਹਾਂ, ਕਿੱਡੀ ਕੁ ਗੱਲ ਹੈ, ਤੂੰ ਬੈਠ ਚੱਲ ਕੂਲਰ ਮੂਹਰੇ ਜਾ। ਕੀ ਬਣਾਉਂਗੇ? ਬਣਾਉਣਾ ਕੀ ਹੈ, ਮੂੰਗੀ ਮਸਰੀ ਭਿਉਈ ਪਈ ਹੈ, ਉਹੀ ਬਣਾ ਲਾ ਜਾ ਕੇ, ਨਾਲੇ ਡੈਡੀ ਰੋਟੀ ਖਾ ਲੈਣਗੇ, ਜਾ ਭੱਗ ਜਾ। ਕੀ ਯਾਰ ਦੀਦੀ, ਉਹੀ ਰੋਜ਼ ਰੋਜ਼ ਦਾਲ, ਮੇਰਾ ਤਾਂ ਸੱਚੀ ਸਵਾਦ ਹੀ ਖਰਾਬ ਹੋਇਆ ਪਿਆ। ਐਂ ਕਰਦੀ ਹਾਂ, ਤੁਸੀਂ ਆਪਣੇ ਕੰਮ ਨਿਬੇੜੋ, ਰੋਟੀ ਮੈਂ ਬਣਾਉਂਦੀ ਹਾਂ, ਅੱਜ ਪਰੌਂਠੇ ਬਣਾ ਦਿੰਦੀ ਹਾਂ। ਪਰੌਂਠੇ ਡੈਡੀ ਨੇ ਨਹੀਂ ਨਾ ਖਾਣੇ? ਡੈਡੀ ਨੂੰ ਫਿਰ ਦੋ ਕੁ ਰੋਟੀਆਂ ਲਾ ਦੂੰਗੀ, ਆਪਾਂ ਪਰੌਂਠੇ ਖਾਂਦੇ ਹਾਂ। ਚੱਲ ਚੰਗਾ, ਫਿਰ ਦਾਲ ਤਾਂ ਭਿਉਈ ਪਈ ਆ, ਉਹ ਬਣਾ ਦਿਓ, ਉਹਦੇ ਨਾਲ ਡੈਡੀ ਖਾ ਲੈਣਗੇ ਰੋਟੀ। ਠੀਕ ਹੈ, ਤੁਸੀਂ ਫਿਰ ਨਿਬੇੜੋ, ਵੈਸੇ ਨਿਬੜੇ ਪਿਆ, ਮਾੜਾ ਜਿਹਾ ਲੱਕੜਾਂ ਦਾ ਹੀ ਹੈ। ਹਾਂ ਮੈਂ ਕਰਦੀ ਹਾਂ। ਹੁਣ ਤਾਂ ਸਰੀਰ ਦਾ ਥੋੜ੍ਹਾ ਠੀਕ ਲੱਗਦਾ, ਤਿੰਨ ਦਿਨ ਹੋ ਗਏ ਘਰ ਪਏ ਨੂੰ, ਜੇ ਕੰਮ ਕਾਰ 'ਤੇ ਜਾਵਾਂ ਤਾਂ ਕੁਛ 100 ਰੁਪਏ ਵੀ ਲਿਆਉਂਗਾ, ਕੰਮ ਤਾਂ ਜਾਣਾ ਹੀ ਪੈਣਾ ਆ। ਅੰਜੂ ਪੁੱਤ, ਅੰਜੂ, ਅੰਜੂ! ਹਾਂਜੀ ਡੈਡੀ। ਹੋਰ ਪੁੱਤ, ਕਰ ਲੈ ਕੰਮ ਕਰ। ਬਸ ਕਰੀ ਜਾਂਦੀ ਸੀ, ਉਹ ਲੱਕੜਾਂ ਹੀ ਸੈੱਟ ਕਰਕੇ ਆਈ ਸੀ। ਅੱਛਾ, ਤੇ ਜੱਸੀ? ਤਿੰਨ ਦਿਨ ਹੋ ਗਏ ਆਰਾਮ ਕਰਦਿਆਂ ਨੂੰ, ਜੇ ਕੰਮ ਕਾਰ ਤੇ ਜਾਊਂਗਾ ਤਾਂ ਹੀ ਕੁਛ ਲੈ ਕੇ ਆਊਂਗਾ, ਖਾਵਾਂ ਪੀਵਾਂ ਕਿੱਥੋਂ ਆਪਾਂ। ਡੈਡੀ ਪਰ ਇਹ ਵੀ ਤਾਂ ਗੱਲ ਸੋਚੋ, ਜੇ ਤੁਹਾਡਾ ਸਰੀਰ ਹੀ ਨਹੀਂ ਸੈੱਟ ਹੋਊਗਾ ਫਿਰ ਉੱਥੇ ਕੰਮ ਵੀ ਕਿਵੇਂ ਕਰੋਗੇ? ਨਾਲੇ ਅੱਜ ਐਤਵਾਰ ਹੈ, ਅੱਜ ਆਰਾਮ ਕਰ ਲਓ, ਕੱਲ ਪਰਸੋਂ ਤੋਂ ਚਾਲੂ। ਮੰਜੇ ਤੇ ਪਿਆ ਪਿਆ ਤਾਂ ਪਹਿਲਾਂ ਹੀ ਬਿਮਾਰ ਹੋ ਜੂ ਹੋਰ ਮੈਂ ਜ਼ਿਆਦਾ। ਸੱਚ ਐ ਦੱਸ, ਤੇਰਾ ਕੰਮ ਕਰ ਕਿਵੇਂ ਚੱਲਦਾ? ਮੇਰਾ ਕੰਮ ਤਾਂ ਤੁਹਾਡੇ ਨਾਲੋਂ ਕਿਤੇ ਜ਼ਿਆਦਾ ਵਧੀਆ ਹੈ। ਮੈਂ ਨਾਲੇ ਇੱਕ ਤਾਂ ਧੁੱਪ 'ਚ ਨਹੀਂ ਕੰਮ ਕਰਦੀ, ਤੁਸੀਂ ਤਾਂ ਧੁੱਪ 'ਚ ਵੀ ਲੱਗੇ ਰਹਿੰਦੇ ਹੋ, ਔਰ ਤਨਖਾਹ ਤੁਹਾਡੇ ਨਾਲੋਂ ਵੀ ਦੁੱਗਣੀ ਤਿਗਣੀ ਹੈ, 7000 ਦਿੰਦੇ ਆ ਪੂਰਾ। ਜੱਸੀ ਪੁੱਤ, ਤੂੰ ਪੜ੍ਹੀ ਲਿਖੀ ਆ ਤਾਂ ਕਰਕੇ ਤੈਨੂੰ 7000 ਦਿੰਦੇ, ਮੈਂ ਤਾਂ 2 ਜਮਾਤਾਂ ਨਹੀਂ ਪੜ੍ਹਿਆ ਪੁੱਤ, ਜਿਹੋ ਜਿਹਾ ਹੈਗਾ ਉਹ ਜਿਹਾ ਕੰਮ ਮਿਲ ਜਾਂਦਾ ਮੈਨੂੰ। ਫਿਰ ਤੁਸੀਂ ਡੈਡੀ ਰਹਿਣ ਦਿਓ ਨਾ, ਮੈਂ ਕਰ ਲੂੰਗੀ ਨਾ, ਤੁਸੀਂ ਕਿਉਂ ਆਪਣੇ ਆਪ ਨੂੰ ਤੰਗ ਕਰਦੇ ਹੋ? ਮੈਂ ਕਰ ਲੂੰ, ਨਾਲੇ ਮੈਨੇਜਰ ਪਤਾ ਕਿੰਨਾ ਬੰਦਾ ਵਧੀਆ ਉੱਥੇ ਦਾ, ਹੈਂ ਵਿਚਾਰਾ ਇੰਨਾ ਖਿਆਲ ਰੱਖਦਾ ਮੇਰਾ, ਹੈਂ ਬਾਕੀ ਮੁੰਡਿਆਂ ਤਾਂ ਨੌਜਵਾਨਾਂ ਤਾਂ ਕਹਿੰਦਾ ਤੁਸੀਂ ਆਪਣਾ ਵਧੀਆ ਉਹਨਾਂ ਤੋਂ ਕੰਮ ਕਰਾਉਂਦਾ, ਮੈਥੋਂ ਤਾਂ ਕਹਿੰਦਾ ਜਿੰਨਾ ਜਿੱਥੋਂ ਬੰਦਾ ਫੜਦਾ ਉਹ ਕਿਹੋ ਜਿਹਾ ਕਰ ਲਓ ਤੁਸੀਂ। ਡੈਡੀ ਤੁਹਾਡੀ ਸਾਰੀ ਗੱਲ ਜਾਇਜ਼ ਆ, ਅਸੀਂ ਮੰਨਦੇ ਹਾਂ, ਪਰ ਸਾਨੂੰ ਵੀ ਦਿਖਦਾ ਵੀ ਤੁਹਾਡੀ ਤਬੀਅਤ ਨਹੀਂ ਸੈੱਟ ਹੈਗੀ, ਤੁਸੀਂ ਉੱਥੇ ਜਾ ਕੇ ਕੰਮ ਕਿਵੇਂ ਕਰੋਗੇ? ਪਰ ਠੀਕ ਆ ਮੇਰੀ ਧੀਓ, ਮੈਂ ਠੀਕ ਹਾਂ, ਜਾਣਾ ਮੈਂ ਕੰਮ 'ਤੇ, ਠੀਕ ਆ? ਪਰ ਚੱਲ ਚੰਗਾ, ਇਹ ਮੰਨਦੇ ਆ ਡੈਡੀ ਕਿਸੇ ਦੀ, ਚੱਲ ਟਾਈਮ ਨਾਲ ਆ ਜਿਓ ਡੈਡੀ। ਹਾਂ ਪੁੱਤ, ਆ ਜਿਓ ਟਾਈਮ ਨਾਲ ਆ ਜਿਓ। ਓਹੋ, ਤੈਨੂੰ ਪਤਾ ਤਾਂ ਹੈ ਡੈਡੀ ਦੇ ਸੁਭਾਅ ਦਾ, ਉਹ ਆਪਣੇ ਲਈ ਤਾਂ ਕਰਦੇ ਨੇ ਸਾਰਾ ਕੁਝ, ਦੇਖ ਲੈ ਇੰਨੇ ਬਿਮਾਰ ਹੋ ਕੇ ਵੀ ਆਪਣੇ ਲਈ ਕੰਮ 'ਤੇ ਜਾ ਰਹੇ ਨੇ, ਤਾਂ ਕਿ ਉਹਨਾਂ ਦੀਆਂ ਧੀਆਂ ਇੱਕ ਚੰਗੀ ਜ਼ਿੰਦਗੀ ਜਿਉਂ ਸਕਣ। ਪਰ ਫਿਰ ਵੀ
ਚੱਲ ਕੋਈ ਨੀ, ਹੁਣ ਤੂੰ ਮੂਡ ਨਾ ਖਰਾਬ ਕਰ। ਤੇ ਤੇਰੇ ਪਰੌਂਠੇ ਨੀ ਬਣੇ ਹਲੇ ਤੱਕ? ਉਹ ਬਣ ਗਏ, ਮੈਂ ਲਿਆਂਦੀ ਆ। ਕਮਲੀ ਜੀ ਨਾ ਹੋਵੇ ਤਾਂ। ਸੋਹਣੀ ਕਿਵੇਂ ਬਣਾਤੀ ਰੱਬ ਨੇ, ਸ਼ਾਇਦ ਵਿਹਲਾ ਹੋਣਾ, ਕਿਵੇਂ ਕਰਾਂ? ਗੱਲ ਤਾਂ ਇਹਦੇ ਨਾਲ ਕਰਨੀ ਪਊਗੀ। ਉਹ ਸ਼ੁਕਰ ਹੈ ਆ ਗਈ ਬਸ। ਅੱਜ ਫਿਰ ਮੌਕਾ ਲੰਘ ਗਿਆ ਯਾਰ। ਚੱਲ ਪੁੱਤਰਾ, ਤੇਰੀ ਕਿਸਮਤ ਦੇਖਦੇ ਹਾਂ ਕਿੱਥੇ ਲੈ ਕੇ ਜਾਂਦੀ ਹੈ। ਤੁਸੀਂ ਫਿਕਰ ਨਾ ਕਰੋ ਬਾਊ ਜੀ, ਬੰਦੇ ਲੱਗੇ ਹੋਏ ਨੇ। ਹਾਂ ਹਾਂ, ਦੋ ਗੱਡੀਆਂ ਲੱਗੀਆਂ ਨੇ। ਫਿਕਰ ਨਾ ਕਰੋ, ਮੈਂ ਸਾਰਾ ਚੁਕਾ ਦੂੰਗਾ। ਤੁਸੀਂ ਤਾਂ ਹੁਣ ਉਦੋਂ ਹੀ ਗੇੜਾ ਮਾਰੋ ਜਦੋਂ ਖਾਲੀ ਕਰਤਾ। ਕੋਈ ਨਹੀਂ ਕੋਈ ਨਹੀਂ, ਹਾਂ ਚੁਕਾ ਤਾਂ ਵਾਰ ਦਿੰਦਾ ਤਾਂ ਸਾਰਾ ਰਹਿੰਦਾ ਹੋਣਾ ਮਾੜਾ ਮੋਟਾ, ਉਹ ਦੇਖ ਲੈਂਦਾ ਮੈਂ। ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ, ਕੋਈ ਨਹੀਂ ਮਾਰ ਲਿਓ ਗੇੜਾ। ਏ ਹਏ, ਉਹ ਕਿਵੇਂ ਬਜ਼ੁਰਗੋ, ਠੀਕ ਹੋ? ਹਾਂ ਵਧੀਆ ਸ਼ੇਰਾ, ਵਧੀਆ। ਲਾ ਦੋ ਲਾ ਦੋ। ਸਿਹਤ ਕਿਵੇਂ ਹੁਣ, ਠੀਕ ਹੈ? ਹਾਂ ਸ਼ੇਰਾ, ਹੁਣ ਤਾਂ ਠੀਕ ਹੈ, ਵਧੀਆ। ਲਾਏ ਹੁਣ ਤਾਂ 3-4 ਦਿਨ। ਹਾਂ, ਤੇ ਪੁੱਤਾ ਜਿਹੜੇ ਤੁਸੀਂ ਉਹਨੂੰ ਕੱਲ੍ਹ ਪੈਸੇ ਦਿੱਤੇ ਸੀਗੇ, ਉਹਦਾ ਮੈਂ 15-20 ਦਿਨ ਰਾਸ਼ਨ ਘਰੇ ਰੱਖਿਆ, ਤਾਂ ਹੁਣ ਬਸ ਸਭ ਕੁਝ ਠੀਕ ਹੈ, ਹੁਣ ਮੈਂ ਲਗਾਤਾਰ ਹੀ ਆਊਂਗਾ ਮੈਂ ਤੇ। ਚਲੋ ਵਧੀਆ, ਬੰਦੇ ਬੰਦੇ ਦੇ ਕੰਮ ਆਉਂਦਾ। ਚੱਲ ਐਂ ਕਰੋ, ਛਾਂ 'ਚ ਦੇਖ ਲਿਆ ਕਰੋ ਕੰਮ, ਇਹਦੇ ਧੁੱਪ 'ਚ ਨਾ ਜਾਇਓ। ਹਾਂ ਕੋਈ ਉਹ ਵੀਰੇ ਹੋਰਾਂ ਦੇ ਸੰਕ ਤੋਰਾਂ ਨੂੰ ਕਹਿ ਦੂੰਗਾ, ਉਹ ਕਰ ਲੈਣਗੇ ਉੱਧਰ ਕੰਮ। ਹਾਂ, ਜਿਉਂਦਾ ਰਹੇ ਭਾਈ, ਜਿਉਂਦਾ ਰਹੇ ਪੁੱਤ। ਯਾਰ ਚੁਕਾ ਦਿਓ ਸਾਰਾ ਜਿਹੜਾ ਪਿਆ ਹੈਗਾ। ਹਾਂ ਮੈਂ ਕਰਾ ਦਿੰਦਾ ਭਾਈ। ਹਾਂ ਹੈ, ਮੈਂ ਮੈਨੂੰ ਖਾਲੀ ਕਰਕੇ ਰੱਖ ਦੂੰ। ਠੀਕ ਠੀਕ ਆ ਜੀ, ਆ ਲੈ ਜਾਓ ਨਾਲ ਹੀ। ਇਹ ਲੈ ਇਸਕੋ ਅੰਦਰ ਸਵਾਲ, ਅੰਦਰ ਚਲ ਜਾ ਸੰਗਤ ਪੁੱਤ। ਹਾਂ ਅੱਛਾ, ਉਹ ਬਾਊ ਕਹਿ ਗਿਆ ਸੀਗਾ, ਕਹਿੰਦਾ ਵੀ ਆਹ ਬਾਰ ਦਿੰਦਾ ਸਾਰਾ ਚੱਕ ਕੇ ਉੱਧਰ ਸੈਟਲ ਕਰ ਦਈਓ। ਬਸ ਕੋਈ ਗੱਲ ਨਹੀਂ, ਅੱਜ ਸਾਰਾ ਨਿਬੇੜਦਾ ਆ। ਕੋਈ ਗੱਲ ਨਹੀਂ, ਅੱਛਾ ਸਾਰਾ ਕੁਝ ਠੀਕ ਕਰ ਦੂੰਗਾ ਮੈਂ, ਨਾਲੇ ਇਹਨਾਂ ਨੂੰ ਲਾ ਲੂੰਗਾ ਮੈਂ ਨਾਲ। ਹਾਂ ਹਾਂ, ਤੂੰ ਕਿੱਧਰ ਲੰਘ ਗਈ ਭਰਾਵਾ? ਆ ਬਾਰ ਦਿੰਦਾ ਚੱਕ ਕੇ ਬਾਥਰੂਮ ਵਾਲੇ ਅੰਦਰ ਜਾ ਜਾਓ। ਹਾਂ, ਇਹ ਸਾਰਾ ਬਾਰ ਦਿੰਦੇ ਵਾਲੇ ਕੇ ਬਾਥਰੂਮ ਜਾ ਕੇ ਅੰਦਰ। ਸੰਗਤ ਮੇਰੀ ਪੁੱਤ ਗੱਲ ਕਰ ਤੂੰ ਨਹੀਂ ਸੁਣਦਾ ਤੂੰ? ਹਾਂ ਅੱਛਾ, ਮੈਂ ਤਾਂ ਕਹਿੰਦਾ ਪੁੱਤਾ ਸਾਰਾ ਚੱਕਣਾ ਆ, ਬਾਊ ਕਹਿ ਗਿਆ ਮੈਨੂੰ। ਬਸ ਠੀਕ ਆ ਚਾਚਾ, ਤੂੰ ਟੈਨਸ਼ਨ ਨਾ ਲੈ, ਮੈਂ ਹੈਗਾ ਗਾ। ਓਏ ਪੁੱਤ, ਟੈਨਸ਼ਨ ਕਿਉਂ ਲਵਾਂ, ਨਾਲੇ ਗੱਲ ਸੁਣ ਪੁੱਤ ਮੇਰੀ, ਆਪਾਂ ਉਹਦੇ ਕੰਮ ਕਰਦੇ ਹਾਂ, ਇਮਾਨਦਾਰੀ ਨਾਲ ਕਰਾਂਗੇ ਜੇ ਕੰਮ, ਤਾਂ ਆਪਣੀ ਤਾਂ ਪੈਸੇ ਵਧਾ ਵਧਣਗੇ। ਮੈਨੂੰ ਤਾਂ ਪੁੱਤ ਬਾਹਲੀ ਫਿਕਰ ਰਹਿੰਦੀ ਆ, ਕੁੜੀਆਂ ਦੇ ਵਿਆਹ ਕਰਨੇ ਨੇ ਪੁੱਤ, ਤੈਨੂੰ ਕੀ ਪਤਾ? ਜੋ ਤੇਰੀ ਚਾਚੀ ਜਿਉਂਦੀ ਹੁੰਦੀ ਸੀ ਪੁੱਤ, ਉਹ ਤਾਂ ਵਿਚਾਰੀ ਲੋਕਾਂ ਨੇ ਝਾੜੂ ਪੋਚਾ ਕਰਾ ਦਿੰਦੀ, ਤਾਂ ਥੋੜ੍ਹਾ ਬਹੁਤਾ ਲੱਗ ਜਾਂਦੀ, ਹੰਦਾ ਲੱਗ ਜਾਂਦਾ ਸੀ ਉਹਦਾ ਕਮਾਈ ਦਾ। ਹੁਣ ਪੁੱਤ ਮੈਂ ਇਕੱਲਾ ਹੀ ਕਮਾਉਣ ਵਾਲਾ ਆ। ਹੋਰ ਚਾਚਾ, ਇਕੱਲੇ ਬੰਦੇ ਨੂੰ ਬਹੁਤ ਔਖਾ ਹੁੰਦਾ ਕਬੀਲਦਾਰੀ ਸਾਂਭਣਦਾ, ਹੈ ਨਾ? ਹੋਰ ਪੁੱਤ, ਅਤੇ ਬਸ ਆਪਾਂ ਚੱਕ ਕੇ ਸਾਰਾ ਕੁਛ ਸਾਂਭ ਲੈਣਾ ਸਾਰਾ ਉੱਧਰ, ਹੈ ਨਾ? ਫਿਰ ਤੂੰ ਦੇਖੀ ਨਹੀਂ ਭੈਣ ਵਰਗਿਆਂ ਦੇ ਰਿਸ਼ਤੇ ਕਿਤੇ? ਸੰਗਤ ਬੋਲਿਆ ਕਿਹੋ ਜਿਹੀਆਂ ਗੱਲਾਂ ਕਰਦਾ, ਰਿਸ਼ਤੇ ਤਾਂ ਬੜੇ ਦੇਖੇ ਭਾਈ, ਜਿਹਨਾਂ ਨਾਲ ਗੱਲ ਕਰਦੇ ਆ ਇੰਨਾ ਖਰਚਾ ਪਤਾ ਦੱਸਦੇ ਨੇ, ਇੰਨਾ ਖਰਚਾ ਹੋਊਗਾ ਬਾਈ, ਮੇਰੇ ਲਈ ਕਿੱਥੇ ਤੈਨੂੰ ਪਤਾ ਦਿਹਾੜੀਦਾਰ ਬੰਦਾ ਆ। ਹੋਰ ਚਾਚਾ, ਦਿਹਾੜੀਦਾਰ ਬੰਦੇ ਨੂੰ ਤਾਂ ਬਹੁਤ ਔਖਾ ਆਉਂਦਾ ਕੁੜੀਆਂ ਵਿਆਹਣ ਦਾ। ਹੋਰ, ਅਤੇ ਚੱਲ ਪੁੱਤ ਸ਼ੇਰਾ, ਆਪਾਂ ਨਿਬੇੜੀਏ ਪਰਾਂ, ਆ ਜਾ ਚੱਕ ਇੱਧਰ ਚੱਕ ਕਰ, ਸਾਰੇ ਫਿਰ ਆਪਾਂ ਉੱਧਰ ਕਰ ਦਾਂਗੇ। ਬਸ ਠੀਕ ਆ, ਆ ਜਾ। ਚੱਲ ਸੰਜੇ, ਮੈਂ ਜਾਂਦੀ ਹਾਂ, ਬਹੁਤ ਟਾਈਮ ਹੋ ਗਿਆ ਯਾਰ। ਬਹਿ ਜਾ,
10 ਮਿੰਟ ਤਾਂ ਮੇਰੇ ਕੋਲ ਆਉਣੀ ਆ ਤੇ 10 ਮਿੰਟ ਵੀ ਪੂਰੇ ਨਹੀਂ ਹੁੰਦੇ ਪਹਿਲੇ ਲੱਗ ਜਾਣੀ ਕਰਨ ਵੀ ਮੈਂ ਜਾਨੀ ਆ ਮੇਰੇ ਲਈ ਵੀ ਟਾਈਮ ਕੱਢ ਲਿਆ ਕਰ ਕਦੇ ਤੂੰ ਸਮਝਦਾ ਕਿਉਂ ਨਹੀਂ ਘਰ ਦਾ ਵੀ ਜਾ ਕੇ ਕੰਮ ਦੇਖਣਾ ਹੁੰਦਾ ਹੁਣ ਵੀ ਆਫਿਸ ਦਾ ਕੰਮ ਕਰਕੇ ਥੱਕ ਗਈ ਹਾਂ ਤੈਨੂੰ ਪਤਾ ਤਾਂ ਹੈ ਜੇ ਘਰੇ ਨਾ ਜਾਵਾਂ ਨਾ ਫਿਰ ਉਹਨਾਂ ਦਾ ਵੀ ਜੀ ਨਹੀਂ ਲੱਗਦਾ ਜੀ ਤਾਂ ਮੇਰਾ ਵੀ ਨਹੀਂ ਲੱਗਦਾ ਮੇਰੇ ਵਾਸਤੇ 10 ਮਿੰਟ ਹੁੰਦੇ ਤੇਰੇ ਕੋਲ ਸਾਰਾ ਦਿਨ ਕਰਦੇ ਜਾਂ ਕੰਮ ਬਸ ਮੇਰੇ ਤਾਂ ਫਿਕਰ ਹੀ ਨਹੀਂ ਕੋਈ ਤੈਨੂੰ ਪਰ ਫਿਰ ਵੀ ਤੈਨੂੰ ਰੋਜ਼ ਮਿਲਦੀ ਤਾਂ ਆ ਨਾ ਯਾਰ ਐਂ ਕੀ ਮਿਲਣਾ ਹੋਇਆ ਚੱਲ ਦੱਸ ਘਰੇ ਵਿਆਹ ਦੀ ਗੱਲ ਕਦੋਂ ਕਰੇਂਗੇ ਯਾਰ ਸੰਜੇ ਤੇਰੇ ਤੋਂ ਕਿਹੜਾ ਕੋਈ ਪਰਦਾ ਹੈ ਤੈਨੂੰ ਪਤਾ ਨਹੀਂ ਹੈ ਘਰੇ ਅੰਜੂ ਦੀਦੀ ਵੀ ਹੈ ਪਹਿਲਾਂ ਵੱਡੀ ਦੀਦੀ ਦਾ ਵਿਆਹ ਹੋਊਗਾ ਮੈਂ ਫਿਰ ਆਪਣੀ ਗੱਲ ਕਰੂੰਗੀ ਯਾਰ ਤੂੰ ਤਾਂ ਕਿੰਨੇ ਟਾਈਮ ਦੀ ਕਹਿੰਦੀ ਹੈ ਪਰ ਤੁਸੀਂ ਤਾਂ ਵਿਆਹ ਕਰਨ ਦਾ ਨਾਮ ਹੀ ਲੈਂਦੇ ਉਹਦਾ ਹੁਣ ਦੀਦੀ ਦਾ ਵਿਆਹ ਹੋਊਗਾ ਤਾਂ ਮੈਂ ਫਿਰ ਆਪਣੀ ਗੱਲ ਤੋਰੂੰਗੀ ਨਾ ਨਾਲੇ ਤੈਨੂੰ ਇੱਕ ਹੋਰ ਗੱਲ ਪਹਿਲਾਂ ਹੀ ਕਲੀਅਰ ਕਰਦਾ ਮੈਂ ਡੈਡੀ ਨੂੰ ਇਕੱਲਾ ਨਹੀਂ ਛੱਡਣਾ ਹੈਗਾ ਮੈਂ ਤਾਂ ਵਿਆਹ ਕਰਨ ਤੋਂ ਬਾਅਦ ਉਹਨਾਂ ਦੇ ਨਾਲ ਹੀ ਰਹੂੰਗੀ ਫਿਰ ਜੱਸੀ ਕੋਈ ਗੱਲ ਨਹੀਂ ਤੈਨੂੰ ਤਾਂ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਰਹਿਣਾ ਤਾਂ ਮੈਂ ਤੇਰੇ ਨਾਲ ਹੀ ਹੈ ਚਾਹੇ ਤੇਰੇ ਘਰ ਰਹਿਣਾ ਪੈ ਜੇ ਚਾਹੇ ਤੂੰ ਮੇਰੇ ਨਾਲ ਰਹਿ ਲਈ ਭਾਈ ਨਹੀਂ ਜਿਵੇਂ ਤੂੰ ਕਹੇਂਗੀ ਮੈਂ ਤੇਰੇ ਨਾਲ ਹਾਂ ਬਸ ਡੈਡੀ ਕੋਲ ਰਹਿਣਾ ਡੈਡੀ ਨੂੰ ਮੈਂ ਇਕੱਲਾ ਛੱਡਣਾ ਚਾਹੁੰਦੀ ਠੀਕ ਹੈ ਜੱਸੀ ਪਰ ਵੈਸੇ ਵੀ ਕੀ ਫਰਕ ਪੈਂਦਾ ਆਪਣੇ ਦੋਨਾਂ ਦੇ ਘਰਾਂ ਦੇ ਹਾਲਾਤ ਇੱਕੋ ਜਿਹੇ ਤਾਂ ਹੈਗੇ ਨੇ ਪਤਾ ਨਹੀਂ ਕਦੋਂ ਚੰਗਾ ਸਮਾਂ ਆਊਗਾ ਆਪਣਾ ਜਲਦੀ ਆ ਜਾਊਗਾ ਤੂੰ ਥੋੜ੍ਹਾ ਸਬਰ ਰੱਖ ਤੂੰ ਤਾਂ ਚਾਹੁੰਦਾ ਬਸ ਅੱਜ ਹੀ ਵਿਆਹ ਹੋ ਜਾਏ ਅੱਜ ਹੀ ਸਾਰਾ ਕੁਛ ਹੋ ਜਾਏ ਐਂ ਨਹੀਂ ਹੁੰਦਾ ਹੈਗਾ ਪਹਿਲਾਂ ਦੀਦੀ ਦਾ ਵਿਆਹ ਹੋਊਗਾ ਫਿਰ ਆਪਣੀ ਗੱਲ ਤੋਰਾਂਗੇ ਚੱਲ ਕੋਈ ਨਾ ਕਰ ਲਈ ਗੱਲ ਚੱਲ ਹੁਣ ਮੈਂ ਜਾਵਾਂ ਸੱਚੀ ਲੇਟ ਹੋ ਰਹੀ ਹਾਂ ਜਾ ਯਾਰ ਅੱਜ ਤੈਨੂੰ ਪਤਾ ਡੈਡੀ ਨੇ ਵੀ ਡਬਲ ਡਿਊਟੀਆਂ ਕਰਨੀਆਂ ਸ਼ੁਰੂ ਕਰਤੀਆਂ ਇਸ ਕਰਕੇ ਹੁਣ ਮੈਨੂੰ ਜਾ ਲੈਂਦੇ ਚੱਲ ਮਿਲਦੇ ਹਾਂ ਕੱਲ੍ਹ ਅੰਜੂ ਕੁੜੇ ਅੰਜੂ ਹਾਂਜੀ ਡੈਡੀ ਕਿਉਂ ਸਵੇਰੇ ਸਵੇਰੇ ਆਵਾਜ਼ਾਂ ਮਾਰੀ ਜਾਂਦੇ ਹੋ ਪੁੱਤ ਮੈਨੂੰ ਰੋਟੀ ਲਿਆ ਦੇ ਮੈਂ ਕੰਮ ਤੇ ਜਾਣਾ ਆ ਰੋਟੀ ਇੰਨੀ ਛੇਤੀ ਹਲੇ ਤਾਂ 7 ਵਜੇ ਹੈ ਓਏ ਪੁੱਤ ਮੈਂ ਆਪਣੇ ਸੇਲਰ ਵਾਲੇ ਮੈਨੇਜਰ ਨੂੰ ਕਿਹਾ ਸੀਗਾ ਮੈਂ ਮੇਰੀ ਨਾ ਜੀ 2 ਘੰਟੇ ਵਧਾ ਦਿਓ ਕੰਮ ਦੇ ਮੈਨੂੰ ਓਵਰ ਟਾਈਮ ਲਵਾ ਲਿਆ ਕਰੋ ਉਹਨਾਂ ਮੈਨੂੰ ਪੈਸੇ ਵੱਧ ਦੇ ਦੇਣਗੇ ਪੁੱਤ ਉਹ ਕਹਿੰਦਾ ਜੀ ਕੋਈ ਨਹੀਂ ਤੁਸੀਂ 7 ਵਜੇ ਆ ਜਾ ਕਰੋ ਕਿਉਂ ਡੈਡੀ ਕਿਉਂ ਐਵੇਂ ਔਖੇ ਹੁੰਦੇ ਹੋ ਚੱਲੀ ਤਾਂ ਜਾਂਦਾ ਆਪਣਾ ਗੁਜ਼ਾਰਾ ਓਏ ਪੁੱਤ ਇਹਦਾ ਤਾਂ ਰੋਟੀ ਪਾਣੀ ਦਾ ਗੁਜ਼ਾਰਾ ਚੱਲਦਾ ਆ ਤੁਹਾਡੇ ਵਿਆਹ ਵੀ ਕਰਨੇ ਨੇ 4 ਪੈਸਿਆਂ ਦੀ ਹੋਰ ਵੀ ਲੋੜ ਆ ਨਾਲ ਤੁਹਾਡੇ ਵਿਆਹ ਵੇਲੇ ਮੈਂ ਉਹਨਾਂ ਤੋਂ ਐਡਵਾਂਸ ਲੈ ਲੂੰ ਪੈਸੇ ਪੁੱਤ ਤਾਂ ਮੈਂ ਕਿਹਾ ਪੁੱਤ ਡੈਡੀ ਤੁਸੀਂ ਵੀ ਨਾ ਬੇਮਤਲਬ ਦੀ ਖੇਚਲਾ ਕਰਦੇ ਹੋ ਨਾਲੇ ਮੈਨੂੰ ਕਿਹੜਾ ਪਤਾ ਸੀ ਤੁਸੀਂ ਸਵੇਰੇ ਜਲਦੀ ਜਾਣਾ ਨਾ ਮੈਂ ਕੋਈ ਰੋਟੀ ਬਣਾਈ ਨਾ ਕੋਈ ਦਾਲ ਚਲ ਉਹ ਸੁੱਤੀ ਪਈ ਹਲ ਤੱਕ ਹੋਰ ਉਹ ਵੀ ਸੁੱਤੀ ਪਈ ਆ ਚਲ ਕੋਈ ਨਾ ਪੁੱਤ ਅੱਜ ਤਾਂ ਮੈਂ ਨਾ ਐਂ ਚਲੇ ਜਾਣਾ ਉੱਥੇ ਕਿਸੇ ਤੋਂ ਲੈ ਕੇ 2 ਰੋਟੀਆਂ ਖਾ ਲੂੰਗਾ ਹੈ ਕੱਲ੍ਹ ਤੋਂ ਪੁੱਤ ਯਾਦ ਨਾਲ ਨਾ ਮੇਰੀ ਸਾਜਰੇ ਰੋਟੀ ਲਾ ਦਿਆ ਕਰ ਹੈ ਉਹ ਤਾਂ ਮੈਂ ਬਣਾ ਦੂੰਗੀ ਡੈਡੀ ਪਰ ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ ਹੁਣ ਮੈਨੂੰ ਐਂ ਜੇ ਹੋਇਆ ਪਿਆ ਵੀ ਤੁਸੀਂ ਖਾਲੀ ਚੱਲ ਕੋਈ ਨਾ ਮੈਂ ਉੱਥੇ ਖਾ ਲੂੰਗਾ ਠੀਕ ਆ ਤੂੰ ਉਹਦੇ ਵਾਸਤੇ ਬਣਾ ਦੀ ਰੋਟੀ ਪਾਣੀ ਹੈ ਹਾਂ ਚੰਗਾ ਧਿਆਨ ਨਾਲ ਜਾਇਓ ਹਾਂ ਡੈਡੀ ਵੀ ਨਾ ਉਹੀ ਬਸ ਮਾੜੀ ਮਾੜੀ ਗੱਲ ਤੇ ਦੀਦੀ ਆ ਕੀ ਤੁਸੀਂ ਸਵੇਰੇ ਸਵੇਰੇ ਰੌਲਾ ਪਾਇਆ ਨਾਲੇ ਡੈਡੀ ਕਿੱਧਰ ਗਏ ਆ ਡੈਡੀ ਦੀਆਂ ਨਵੀਆਂ ਹੀ ਗੱਲਾਂ ਨੇ ਮੈਂ ਤਾਂ ਰੋਜ਼ ਸੁਣਦੀ ਹਾਂ ਤੂੰ ਵੀ ਸੁਣ ਲੈ ਕੀ ਹੋਇਆ ਹੁਣ ਕੀ ਕਹਿੰਦੇ ਕਹਿਣਾ ਕੀ ਆ ਆਖੇ ਸੈਲਰ ਜਾਣਾ ਮੈਂ ਸਵੇਰੇ ਸਵੇਰੇ 7 ਵਜੇ ਲੈ ਦੱਸ 2 ਘੰਟੇ ਕਹਿੰਦੇ ਵੱਧ ਲਾਊਂਗਾ ਤਾਂ ਸੈਲਰੀ ਵੱਧ ਮਿਲੂਗੀ ਹੇ ਰੱਬ ਇਹਨਾਂ ਨੂੰ ਕੌਣ ਸਮਝਾਵੇ ਕਿਉਂ ਕਰਦੇ ਡੈਡੀ ਇੱਦਾਂ ਯਾਰ ਪਹਿਲਾਂ ਤਾਂ ਮੈਨੂੰ ਇਹ ਦੱਸੋ ਮੈਂ ਤਾਂ ਬਥੇਰਾ ਸਮਝਾਇਆ ਡੈਡੀ ਨੂੰ ਆਖੇ ਨਹੀਂ ਨਹੀਂ 4 ਪੈਸੇ ਵੱਧ ਆਉਣਗੇ ਤਾਂ ਤੁਹਾਡੇ ਵਿਆਹ 'ਤੇ ਲੱਗ ਜਾਣਗੇ ਥੋੜ੍ਹਾ ਬਹੁਤ ਉਹ ਮੈਨੇਜਰ ਐਡਵਾਂਸ ਦੇ ਦੇਣਗੇ ਪਤਾ ਨਹੀਂ ਕੀ ਸੋਚੀ ਜਾਂਦੇ ਰਹਿੰਦੇ ਨੇ ਮੈਂ ਕਿਹਾ ਡੈਡੀ ਜੋ ਹੋਣਾ ਹੋ ਜਾਣਾ ਹੁਣ ਆਪਣਾ ਗੁਜ਼ਾਰਾ ਚੱਲੀ ਜਾਂਦਾ ਬਹੁਤ ਆ
ਯਾਰ ਅਸੀਂ ਚਾਹ ਤਾਂ ਬਣੀ ਨਹੀਂ, ਰੋਟੀ ਵਗੈਰਾ ਕਿੱਦਾਂ ਲੈ ਕੇ ਗਏ? ਉਹੀ ਪੁੱਛਦੇ ਸੀ ਮੈਨੂੰ, ਕਹਿੰਦੇ ਰੋਟੀ। ਮੈਂ ਕਿਹਾ ਹੁਣ ਮੈਨੂੰ ਕਿਹੜਾ ਪਤਾ ਸੀ, ਜਦ ਤੁਸੀਂ ਰਾਤ ਦੱਸ ਦਿੰਦੇ ਮੈਂ ਤਾਂ ਕੋਈ ਦਾਲ ਸਬਜ਼ੀ ਕੁਛ ਵੀ ਨਹੀਂ ਕੀਤਾ ਹੈਗਾ ਸੀ। ਫਿਰ ਉਹ ਐਂ ਚਲੇ ਗਏ, ਕਹਿੰਦੇ ਚੱਲ ਮੈਂ ਉੱਥੇ ਖਾ ਲੂੰ ਕਿਸੇ ਨਾਲ। ਐਂ ਕਰ ਦਿਓ ਦੀਦੀ, ਤੁਸੀਂ ਰੋਟੀ ਬਣਾਓ, ਮੈਂ ਤਿਆਰ ਹੋ ਕੇ ਨਿਕਲਦੀ ਹਾਂ, ਨਾਲੇ ਉਹਨਾਂ ਨੂੰ ਰੋਟੀ ਦਿੰਦੀ ਜਾਊਂਗੀ। ਰੋਟੀ ਤਾਂ ਮੈਂ ਬਣਾ ਦਿੰਦੀ ਹਾਂ, ਪਰ ਤੂੰ ਲੇਟ ਨਹੀਂ ਹੋ ਜਾਏਗੀ ਫਿਰ? ਨਾ ਨਾ, ਮੈਂ ਨਹੀਂ ਲੇਟ ਹੁੰਦੀ, ਰੋਟੀ ਤਾਂ ਮੈਂ ਦੇ ਕੇ ਜਾਊਂਗੀ, ਨਾਲੇ ਯਾਰ ਸਾਡੇ ਹੁੰਦੇ ਡੈਡੀ ਕਿਸੇ ਹੋਰ ਤੋਂ ਰੋਟੀ ਖਾਣਗੇ। ਇਹ ਤਾਂ ਹੈ। ਚੱਲ ਐਂ ਕਰ, ਤੂੰ ਨਾ ਫਿਰ, ਮੈਂ ਉਹਨੇ ਰੋਟੀ ਬਣਾ ਲੈਂਦੀ ਹਾਂ, ਠੀਕ ਹੈ? ਹਾਂ, ਚਾਹ ਵੀ ਧਰੋ, ਸਿਰ ਦੁਖੀ ਜਾਂਦਾ। ਚੰਗਾ। ਡੈਡੀ ਨੂੰ ਕੌਣ ਸਮਝਾਵੇ ਯਾਰ, ਕਿਉਂ ਇੰਨੀ ਫਿਕਰ ਕਰਦੇ ਆ। ਅੱਛਾ ਇਹ ਨਹੀਂ, ਅੱਗੇ ਤਾਂ ਸਰਜਰੀ ਆ ਜਾਂਦੀ ਹੈ। ਖੈਰ ਕੋਈ ਕੰਮ ਹੋ ਗਿਆ ਹੋਣਾ, ਸੈਲਰ 'ਚੋਂ ਵੀ ਫੋਨ ਆਈ ਜਾਂਦੇ ਨੇ, ਮੈਂ ਤਾਂ ਜਾਵਾਂ। ਉਹ ਸੀਰੇ ਆ ਜਿਹੜੇ ਗੇਟ ਕੋਲ ਗ੍ਰੇਡ ਪਏ ਨੇ ਭਰਾਵਾ, ਉਹਨਾਂ ਕੋਲ ਆ ਜਾ ਪਹਿਲਾਂ, ਉਹ ਸੀਰ ਸੈੱਟ ਕਰ ਦੇ ਆਪਾਂ। ਆਹੋ ਠੀਕ ਆ। ਸੰਗਤ ਵੀਰੇ, ਡੈਡੀ ਜੀ ਕਿੱਧਰ ਹੈ? ਕਿਵੇਂ? ਉਹਨਾਂ ਦੀ ਰੋਟੀ ਲੈ ਕੇ ਆਈ ਸੀ ਮੈਂ, ਅੱਜ ਉਹ ਜਲਦੀ ਆ ਗਏ ਸੀ ਨਾ। ਤੂੰ ਭੈਣੇ ਕਾਹਨੂੰ ਖਿੱਚ ਲਿਆ ਕਰਨੀ ਸੀ? ਮੈਂ ਤੇਰੇ ਡੈਡੀ ਨੂੰ ਕਿਹਾ ਜਦੋਂ ਤੁਸੀਂ ਰੋਟੀ ਰੋਟੀ ਭੁੱਲ ਜਾਂਦੇ ਹੋ ਨਾ, ਜੇ ਛੇਤੀ ਆਉਣਾ ਹੋਣਾ ਗੇਟ ਖੋਲਣ ਵਾਸਤੇ, ਮੇਰੇ ਨਾਲ ਖਾ ਲਿਆ ਕਰੋ ਰੋਟੀ, ਤੂੰ ਨਾ ਖਿੱਚ ਲਿਆ ਕਰਿਆ ਕਰ। ਮੈਨੂੰ ਪਤਾ ਤਾਂ ਹੈ, ਪਰ ਫਿਰ ਵੀ ਮੈਨੂੰ ਤਸੱਲੀ ਨਹੀਂ ਹੁੰਦੀ। ਇੱਕ ਵਾਰ ਫਿਰ ਵੀ ਧੁੱਪ ਦੇਖ ਲੈ ਕਿੰਨੀ ਆ, ਮਾੜਾ ਤੂੰ ਆਪਦੇ ਬਾਰੇ ਸੋਚਿਆ ਕਰ। ਕੋਈ ਗੱਲ ਨਹੀਂ, ਸਪੈਸ਼ਲ ਆਈ ਹਾਂ ਮੈਂ ਵੀ, ਕੰਮ ਤੇ ਹੀ ਚੱਲੀ ਸੀ। ਤੁਸੀਂ ਉਹਨਾਂ ਨੂੰ ਰੋਟੀ ਦੇ ਦੋਗੇ ਨਾ? ਹੈ ਕਿੱਥੇ ਉਹ? ਉਹ ਅੱਗੇ ਕੰਮ ਕਰੀ ਜਾਂਦੇ ਨੇ। ਅੱਛਾ, ਇੱਕ ਤਾਂ ਉਹਨਾਂ ਨੇ ਨਵੀਂ ਮਤਲਬ ਕੰਮ ਸ਼ੁਰੂ ਕੀਤਾ, ਐਕਸਟਰਾ ਕੰਮ ਕਰਨ ਦਾ, ਉਹ ਕੀ ਚੱਕਰ ਪੈ ਗਿਆ ਉਹਨਾਂ ਦਾ? ਉਹ ਅਸਲ ਦੇ ਵਿੱਚ ਡਿਊਟੀ ਲਾਈ ਆ ਨਾ ਉਹਨਾਂ ਨੇ, ਉਹ ਅਸਲ ਦੇ ਵਿੱਚ ਹੁਣ ਆਈ ਜਾਂਦੀ ਆ ਜੀਰੀ, ਤਾਂ ਕਰਕੇ ਮੈਨੇਜਰ ਕਹਿੰਦਾ ਭਰਾਵਾ ਓਵਰ ਟਾਈਮ ਲਾ ਕੇ ਜਾਇਆ ਕਰੋ। ਅੱਛਾ, ਜ਼ਿਆਦਾ ਕੰਮ ਕਰਨਾ ਪੈਂਦਾ ਉਹਨਾਂ ਨੂੰ। ਹੋਰ ਚੱਲ ਤੂੰ ਲੰਘ ਜਾ, ਮੈਂ ਫੜਾ ਦੂੰਗਾ ਤੇਰੇ ਡੈਡੀ ਨੂੰ ਰੋਟੀ। ਹਾਂ, ਯਾਦ ਨਾਲ ਚੇਤੇ ਨਾਲ ਵੀਰੇ ਖਵਾ ਦੇ, ਠੀਕ ਆ? ਓਕੇ। ਸੰਗਤ ਉਰੇ ਆ ਮਾੜਾ ਜਿਹਾ। ਹਾਂਜੀ ਬਾਈ। ਆ ਕਿਹਦੇ ਕੋਲ ਖੜਾ ਸੀ ਤੂੰ? ਇਹ ਤਾਂ ਚਾਚੇ ਧਰਮੇ ਦੀ ਕੁੜੀ ਸੀ ਜੀ, ਰੋਟੀ ਲੈ ਕੇ ਆਈ ਸੀਗੀ। ਅੱਛਾ, ਪਰ ਉਹ ਘਰੋਂ ਰੋਟੀ ਆਪਦੀ ਆਪ ਨਹੀਂ ਲੈ ਕੇ ਆਉਂਦਾ? ਉਹ ਤੁਸੀਂ ਨਹੀਂ ਕਿਹਾ ਸੀਗਾ ਜੀ ਓਵਰ ਟਾਈਮ ਵਾਸਤੇ, ਤਾਂ ਕਰਕੇ ਹੁਣ ਸੈਲਰ ਦੇ ਚੌਲ ਆਉਣ ਲੱਗ ਗਏ ਸੀਗੇ, ਛੇਤੀ ਆਉਣ ਲੱਗ ਗਏ ਸੀ ਮਾਲੀ ਸਾਰੇ। ਹਾਂਜੀ ਚੱਲ ਕੋਈ ਨਾ, ਕਰ ਲੈ ਕੰਮ ਕਰ, ਠੀਕ ਹੈ ਜੀ। ਕਮਾਲ ਆ ਯਾਰ, ਜਿਹੜੀ ਕੁੜੀ ਪਿੱਛੇ ਇੰਨੇ ਦਿਨਾਂ ਦਾ ਮੈਂ ਫਿਰੀ ਹਾਂ ਨਾ, ਉਹ ਤਾਂ ਸਾਡੇ ਕਿਸੇ ਵਰਕਰ ਦੀ ਕੁੜੀ ਨਿਕਲੀ। ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਵਿਚਾਰੇ ਗਰੀਬ ਜੀ ਦੀ। ਚੱਲ ਇਸ ਬਹਾਨੇ ਗੱਲਬਾਤ ਹੋ ਜੂਗੀ। ਯਾਰ ਜੇ ਪਤਾ ਹੁੰਦਾ ਇਹ ਧਰਮੇ ਦੀ ਕੁੜੀ ਹੈ, ਹੁਣ ਤਾਂ ਮੈਂ ਗੱਲ ਕਰ ਲੈਂਦਾ। ਚੱਲ ਹਾਲੇ ਵੀ ਹੁਣ ਸਿੱਧਾ ਵਿਆਹ ਦੀ ਹੀ ਗੱਲ ਕਰਨ ਦਾ, ਸੰਗਤ ਇਹਨਾਂ ਦੇ ਨੇੜੇ ਦਾ ਬੰਦਾ ਹੈ, ਉਹਨੂੰ ਦੇਖਦਾ ਗੱਲ। ਬਾਬੂ ਜੀ, ਧਰਮਾਂ ਚਾ ਕਿਹੜੇ ਪਾਸੇ ਭੇਜਤਾ ਜੀ? ਉਹ ਤਾਂ ਗੱਡੀ ਨਾਲ ਭੇਜਿਆਗਾ। ਅੱਛਾ, ਰੋਟੀ ਆਈ ਪਿੱਛੇ, ਮੈਂ ਰੋਟੀ ਖਾ ਲੈਣ ਦਾ ਟਾਈਮ ਹੋਇਆ ਪਿਆ ਸੀ। ਮੈਨੂੰ ਦੇ ਤੇ ਸੀ ਪੈਸੇ, ਬਹਿ ਜਾ ਇੱਥੇ ਬੈਠ ਕੇ ਖਾ ਲੈ, ਰੋਟੀ ਪਾਣੀ ਦਾ ਉਹ ਖਾ ਲੂਗਾ। ਅੱਛਾ ਜੀ, ਮੈਂ ਤਾਂ ਖਾ ਲਈ ਸੀ, ਉਹ ਚਾਚੇ ਵਾਲੀ ਰੋਟੀ ਪਈ ਸੀਗੀ। ਅੱਛਾ ਗੱਲ ਦਾ ਸੰਗਤ। ਹਾਂਜੀ ਬਾਬੂ। ਧਰਮਾਂ ਘਰੋਂ ਤਾਂ ਵਿਚਾਰਾ ਠੀਕ ਹੀ ਹੈ, ਅਤੇ ਇਹਨੇ ਆਪਦੀ ਕੁੜੀ ਦੇ ਵਿਆਹ ਬਾਰੇ ਨਹੀਂ ਸੋਚਿਆ? ਸਰ ਕੌਣ ਪਿਓ ਆ ਜਿਹੜਾ ਆਪਦੇ ਕੁੜੀ ਦੇ ਵਿਆਹ ਬਾਰੇ ਨਹੀਂ ਸੋਚਦਾ ਜੀ।
ਮਿਲਦੇ ਨਹੀਂ ਹੈਗਾ ਰਿਸ਼ਤਾ ਕੋਈ, ਗਰੀਬ ਘਰ ਦਾ ਜ਼ਰਾ ਬਸ ਜੀ। ਅੱਛਾ ਗੱਲ ਦੱਸ, ਕਿੱਦਾਂ ਦਾ ਮੁੰਡਾ ਭਾਲਦਾ ਇਹ? ਮੁੰਡਾ ਤਾਂ ਕਿਹੋ ਜਿਹਾ ਮਰਜ਼ੀ ਮਿਲ ਜਾਵੇ, ਇਹਨੇ ਕਿਹੜਾ ਵਿਚਾਰੇ ਨੇ ਕੋਈ ਦੇਣਾ ਕਰਨਾ ਕੁਛ, ਇਹ ਤਾਂ ਬਸ ਆਪਦੀ ਗੁੰਜਾਇਸ਼ ਹੈ ਜਿਵੇਂ ਉਵੇਂ ਭਾਲਦਾ ਜੀ, ਬਸ ਕੁੜੀ ਘਰੋਂ ਤੁਰ ਜਾਈ। ਯਾਰ ਇਹ ਗੱਲ ਕਰਨੀ ਸੀ ਤੇਰੇ ਨਾਲ। ਹਾਂਜੀ। ਦੇਖ ਸੰਗਤ, ਮੈਂ ਵੀ ਐਂ ਸੋਚਦਾ ਕਿ ਕਿਸੇ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਾਵਾਂ, ਅਤੇ ਹੁਣ ਉਮਰ ਵੀ ਹੋ ਰਹੀ ਹੈ, ਬਾਕੀ ਆਪਣਾ ਸਾਰਾ ਕੁਛ ਸੈੱਟ ਹੈ। ਜੇ ਚਾਚੇ ਨੂੰ ਠੀਕ ਲੱਗੇ ਤੇਰੇ ਨੂੰ ਤਾਂ ਤੂੰ ਮੇਰੀ ਗੱਲ ਤੋਰ ਕੇ ਦੇਖ ਲੈ। ਹਾਂਜੀ ਸਰ, ਤੋਰ ਲੈਣਾ ਜੀ, ਕਿਹਦੀ ਗੱਲ ਹੈ ਜੀ? ਕੋਈ ਗੱਲ ਨਹੀਂ, ਮੈਂ ਅੱਜ ਹੀ ਕਰ ਲੂੰ ਚਾਚੇ ਨਾਲ ਗੱਲ ਜੀ। ਕਰ ਲਈ ਤੂੰ? ਠੀਕ ਹੈ ਜੀ, ਰੋਟੀ ਖਾ ਲਓ ਜੀ। ਚੱਲ ਗੱਲ ਤਾਂ ਹੁਣ ਇਹ ਕਰੂ ਗਈ, ਦੇਖਦੇ ਹਾਂ ਕਿਸ ਬੰਨੇ ਲੱਗਦੀ ਹੈ ਕਹਾਣੀ। ਚੱਕ ਲਓ ਚੱਕ ਲਓ। ਬਹੁਤ ਗਰਮੀ ਹੈ ਜੱਸੀ। ਮੈਂ ਵੀ ਤਾਂ ਉਹੀ ਕਹੀ ਜਾਂਦੀ ਹਾਂ, ਪਤਾ ਨਹੀਂ ਅੱਗੇ ਹੋਰ ਹੋਰ ਕੀ ਬੁਰਾ ਹਾਲ ਹੋਊਗਾ। ਤੇ ਉੱਤੇ ਡੈਡੀ ਨੂੰ ਦੇਖੋ, ਨਵਾਂ ਹੀ ਚਾਹ ਚੜਿਆ ਐਕਸਟਰਾ ਕੰਮ ਕਰਨ ਦਾ। ਸੱਚੀ ਹੈ, ਮੈਂ ਤਾਂ ਡੈਡੀ ਦੀ ਸਮਝ ਨਹੀਂ ਆਉਂਦੀ, ਆਏ ਨਹੀਂ ਹਲੇ ਤੱਕ। ਕਿੱਥੇ? ਸਵੇਰੇ ਵੀ ਉਹ ਆਉਂਦੇ। ਆ ਗਏ ਡੈਡੀ ਜੀ? ਹਾਂ ਆ ਗਏ ਆ ਗਏ। ਬੜੇ ਖੁਸ਼ ਲੱਗਦੇ, ਕੀ ਗੱਲ, ਐਕਸਟਰਾ ਕੰਮ ਕਰਨ ਦੀ ਖੁਸ਼ੀ ਹੈ ਨਾ? ਉਹ ਤਾਂ ਗੱਲ ਹੀ ਖੁਸ਼ੀ ਆ ਲਈ ਹੈ। ਮੈਂ ਤਾਂ ਇਹੀ ਕੰਮ ਦਾ ਸੋਚਾਂ ਪਿਆ ਰਹਿੰਦਾ ਸੀਗਾ ਕਿ ਮੇਰੀ ਧੀਆਂ ਦਾ ਕੀ ਬਣਦਾ, ਪਰ ਪਤਾ ਉਹ ਪਰਮਾਤਮਾ ਹੈਗਾ, ਤੁਸੀਂ ਮੇਰੀ ਧੀਆਂ ਇੰਨੀ ਮਿਹਨਤੀਆਂ ਜੋ। ਪਤਾ ਕੀ ਗੱਲ ਹੋਈ ਪਤਾ? ਆ ਸਾਡਾ ਮੈਨੇਜਰ ਨਹੀਂ ਹੈਗਾ, ਉਹ ਤਾਂ ਬਹੁਤ ਚੰਗਾ ਸਾਹਿਬ ਮੁੰਡਾ ਹੈ, ਉਹ ਪਤਾ ਕਹਿੰਦਾ ਵੀ ਅੰਕਲ ਜੀ ਮੈਂ ਤੁਹਾਡੀ ਕੁੜੀ ਨਾਲ ਵਿਆਹ ਕਰਵਾਉਣਾ ਹੈ। ਸੱਚੀ? ਹਾਂ ਪਤਾ, ਅਤੇ ਮੈਂ ਤਾਂ ਕਿਹਾ ਮੈਂ ਪੁੱਤ ਅਸੀਂ ਤੇਰੇ ਕਿੱਥੇ, ਅਸੀਂ ਤਾਂ ਗਰੀਬ ਜਿਹੇ ਬੰਦੇ ਹਾਂ, ਹੈਂ, ਪਰ ਪੁੱਤ ਉਹ ਕਹਿੰਦਾ ਮੈਂ ਤਾਂ ਕਹਿੰਦਾ ਗਰੀਬ ਘਰ ਦੀ ਕੁੜੀ ਨਾਲ ਵੀ ਵਿਆਹ ਕਰਾਉਣਾ, ਅਤੇ ਮੈਨੂੰ ਕੋਈ ਉਹਨੂੰ ਕੁਛ ਨਹੀਂ ਜੀ ਦੱਸਦਾ ਇਹ 'ਚ, ਉਹ ਤਾਂ ਕਹਿੰਦਾ ਮੈਂ ਦੋ ਕੱਪੜੇ 'ਚ ਵਿਆਹ ਕੇ ਲੈ ਜੂੰਗਾ ਜੀ, ਹੈਂ, ਪਰ ਤੁਸੀਂ ਮੈਂ ਤਾਂ ਹਾਂ ਕਰਦੀ ਪੁੱਤ ਫਿਰ ਉਹਨੂੰ। ਦੀਦੀ ਤੁਹਾਨੂੰ ਤਾਂ ਸਗੋਂ ਆਪਣੀ ਕਿਸਮਤ 'ਤੇ ਨਾਜ਼ ਕਰਨਾ ਚਾਹੀਦਾ, ਤੁਸੀਂ ਤਾਂ ਹਮੇਸ਼ਾ ਕਹਿੰਦੇ ਰਹਿੰਦੇ ਸੀ ਮੈਂ ਘੱਟ ਪੜ੍ਹੀ ਲਿਖੀ, ਪਤਾ ਨਹੀਂ ਮੇਰਾ ਕਿੱਥੇ ਵਿਆਹ ਹੋਣਾ, ਸਿੱਧਾ ਤੁਹਾਡਾ ਵਿਆਹ ਹੋ ਰਿਹਾ ਮੈਨੇਜਰ ਦੇ ਨਾਲ, ਸੋਚ ਕੇ ਦੇਖੋ, ਇੱਥੇ ਨਾਲੋਂ ਤਾਂ ਵਧੀਆ ਤੁਸੀਂ ਐਸ਼ ਹੀ ਕਰੋਗੇ। ਹੁਣ ਜ਼ਿਆਦਾ ਗੱਲਾਂ ਨਾ ਮਾਰੋ, ਮੇਰੀ ਸੁਣ ਗੱਲ, ਛੁੱਟੀ ਛਾਟੀ ਲੈ ਲਈ, ਉਹ ਕਹਿੰਦਾ ਇੱਕ ਦੋ ਦਿਨ 'ਚ ਹੀ ਕਹਿੰਦਾ ਅਸੀਂ ਕਰਨਾ ਮੰਗੜੀ ਕਰਨੀ ਆ ਕੇ। ਬਸ ਠੀਕ ਹੈ ਠੀਕ ਹੈ, ਮੈਂ ਤਾਂ ਕੱਲ੍ਹ ਹੀ ਛੁੱਟੀ ਲੈ ਲੂੰਗੀ, ਤੁਸੀਂ ਟੈਨਸ਼ਨ ਨਾ ਲਓ, ਸ਼ੋਪਿੰਗ ਵੀ ਤਾਂ ਕਰੋਗੇ। ਪਰ ਡੈਡੀ ਇਹ ਤਾਂ ਚਲੋ ਛੋਟੀ ਆ, ਮੈਂ ਕਹਿੰਦੀ ਸੀ ਸਾਰਾ ਕੁਛ ਬਾਹਲਾ ਜਲਦੀ ਨਹੀਂ ਹੋਈ ਜਾਂਦਾ, ਇਹ ਵਿਆਹ ਦਾ ਫੈਸਲਾ ਲੈਣਾ, ਉਹਨਾਂ ਨੇ ਮੈਨੂੰ ਦੇਖਿਆ ਨਹੀਂ, ਇੱਕੋਦਮ ਵਿਆਹ, ਮੈਨੂੰ ਕੁਛ ਸਮਝ ਨਹੀਂ ਆਇਆ। ਕੁਛ ਨਹੀਂ, ਸੋ ਹੁੰਦਾ ਰੱਬ ਚੰਗੀ ਲਈ ਕਰਦਾ ਵਧੀਆ। ਤੇ ਦੱਸ ਤਾਂ ਰਹੇ, ਡੈਡੀ ਮੈਨੇਜਰ ਨੂੰ ਤਾਂ ਜਾਣਦੇ ਹੀ ਹੈ, ਉਹਨਾਂ ਦੀ ਸੋਚ ਵਧੀਆ ਹੈ ਕਿ ਯਾਰ ਉਹ ਤੇਰੇ ਕਿਉਂ ਇੰਨਾ ਸੋਚ ਰਹੀ? ਕੋਈ ਨਾ ਸੋਚੋ, ਅੱਛਾ ਤੁਸੀਂ ਤੁਹਾਡਾ ਤਾਂ ਕੰਮ ਹੀ ਹੈ ਟੈਨਸ਼ਨ ਲੈਣਾ, ਹੋਰ ਕੁਝ ਵੀ ਨਹੀਂ। ਮੈਂ ਪਾਣੀ ਪੂਣੀ ਪੀ ਲਾਂ ਮੈਂ ਜਾ ਕੇ। ਮੈਂ ਹੰਝਦੀ, ਤੁਹਾਡੇ ਤਾਂ ਭਾਗ ਖੁੱਲ ਗਏ। ਨਾ ਜੱਸੀ, ਪਤਾ ਨਹੀਂ ਕਿਉਂ ਮੈਨੂੰ ਐਂ ਜਿਹਾ ਲੱਗੀ ਜਾਂਦਾ ਵੀ ਇੰਨਾ ਸਭ ਕੁਛ ਇੱਕੋਦਮ ਹੋ ਜਾਣਾ ਜਿਵੇਂ ਸੁਪਨੇ ਜੇ ਵਾਂਗੂ। ਤੇ ਫਿਰ ਸੁਪਨੇ ਵੀ ਤਾਂ ਸੱਚ ਹੁੰਦੇ ਹੀ ਹੈ, ਤੁਸੀਂ ਕਿਉਂ ਇੰਨੀ ਟੈਨਸ਼ਨ ਲਈ ਹੈ? ਤੁਸੀਂ ਬਸ ਤਿਆਰੀਆਂ ਖਿੱਚੋ ਹੁਣ। ਨਹੀਂ ਹੋ ਰਿਹਾ ਜੀ। ਅੰਕਲ ਜੀ, ਪਹਿਲਾਂ ਤੁਸੀਂ ਮੈਨੂੰ ਮੈਨੇਜਰ ਨਾ ਕਹੋ, ਪੁੱਤੇ ਕਹੋ, ਰਿਸ਼ਤਾ ਜੋੜਨਾ ਆਇਆ ਤੁਹਾਡੇ ਘਰ। ਇਹ ਤਾਂ ਤੁਹਾਡਾ ਬੜੱਪਣ ਹੈ ਜੀ ਜਿਹੜਾ ਤੁਸੀਂ ਮੈਨੂੰ ਕਹਿੰਦੇ ਮੈਂ ਪੁੱਤ ਕਹਾਂ, ਪਰ ਪੁੱਤਰ ਜੀ ਮੈਨੂੰ ਤਾਂ ਇਹੀ ਗੱਲ ਨਹੀਂ ਸਮਝ ਆ ਰਹੀ ਕਿ ਮੇਰੀ ਧੀ ਕਿੰਨੀ ਭਾਗਾਂ ਵਾਲੀ ਆ, ਜਿਹੜਾ ਤੁਹਾਨੂੰ ਤੁਸੀਂ ਉਹਨੂੰ ਮਿਲੇ, ਅਤੇ ਨਾਲੇ ਪੁੱਤ ਮੇਰੇ ਵੇ ਹੱਥ ਜੋੜ ਕੇ ਬੇਨਤੀ ਆ, ਲੈਣ ਦੇਣ ਨੂੰ ਤਾਂ ਕੁਛ ਹੈ ਨਹੀਂ। ਮੈਨੂੰ ਕੁਛ ਚਾਹੀਦਾ ਵੀ ਨਹੀਂ ਜੀ, ਕਿਸੇ ਦੇ ਦਿੱਤਿਆਂ ਕੋਈ ਨਹੀਂ ਰਾਜਦਾ ਹੁੰਦਾ, ਰੱਬ ਦਾ ਦਿੱਤਾ ਸਾਰਾ ਕੁਛ ਹੈ। ਚਾਚਾ ਜੀ ਕਾਹਨੂੰ ਗੱਲਾਂ 'ਚ ਟਾਈਮ ਖਰਾਬ ਕਰੀਏ ਨੇ, ਸਫਾਈ ਦਾ ਟਾਈਮ ਹੋਇਆ, ਭਾਵੇਂ ਲੰਘ ਜੂਗੀ ਸਫਾਈ, ਤੁਸੀਂ ਮਾਰੋ ਭੈਣ ਨੂੰ ਬੋਲ। ਹਾਂ ਹਾਂ ਬਣਾ ਲਾ ਸੰਗਤ। ਅੰਜੂ, ਜੱਸੀ ਪੁੱਤ, ਉਹ ਲਿਆ ਅੰਜੂ ਨੂੰ ਲਿਆ ਗਈ।
ਹਾਂਜੀ ਬੈਠ ਪੱਤਾ। ਆ ਕੀ ਇਸ ਕੁੜੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ, ਦੇਖਿਆ ਤਾਂ ਮੈਨੂੰ ਸੀ। ਇਸ ਵਾਰ ਤਾਂ ਸੰਗਤ ਨਾਲ ਗੱਲ ਕਰਨੀ ਹੀ ਪਊਗੀ। ਮੈਂ ਸੰਗਤ ਨਾਲ ਗੱਲ ਕਰਨੀ ਸੀ। ਹਾਂ ਹਾਂ ਪੁੱਤ ਕਰ ਲਓ ਕਰ ਲਓ। ਐਂ ਸੰਗਤ ਕੀ ਗੱਲ ਹੋ ਗਈ ਮੈਨੇਜਰ ਸਾਹਿਬ? ਫਿਰ ਸੰਗਤ ਤਾਂ ਤੇ ਮੈਨੂੰ ਦੱਸਿਆ ਕਿਉਂ ਨਹੀਂ, ਇਹ ਦੋ ਭੈਣਾਂ ਨੇ। ਦੇਖੋ ਮੈਂ ਤਾਂ ਰਿਸ਼ਤਾ ਦੂਸਰੀ ਕੁੜੀ ਵਾਸਤੇ ਭੇਜਿਆ ਸੀ। ਤੁਸੀਂ ਮੈਨੂੰ ਦੱਸਿਆ ਕਦੋਂ ਜੀ ਕਿ ਮੈਂ ਦੂਸਰੀ ਕੁੜੀ ਵਾਸਤੇ ਰਿਸ਼ਤਾ ਭੇਜਿਆ? ਪਰ ਮੈਨੂੰ ਪਤਾ ਹੀ ਨਹੀਂ ਸੀ, ਮੈਨੂੰ ਤਾਂ ਯਾਰ ਇਹ ਸੀ ਕਿ ਇਕੱਲੀ ਕੁੜੀ ਹੈ। ਫਿਰ ਉਹ ਤਾਂ ਤੁਸੀਂ ਮੇਰੇ ਨਾਲ ਦੱਸਣਾ ਸੀ ਨਾ ਜੀ। ਦੇਖੋ ਜੀ ਸਰ, ਕੋਈ ਇਹੋ ਜਿਹੀ ਗੱਲ ਨਾ ਕਰ ਦਿਓ, ਇਹਨਾਂ ਦਾ ਪਿਓ ਟੈਨਸ਼ਨ ਲੈ ਜੇ, ਅਤੇ ਤੁਹਾਨੂੰ ਪਤਾ ਜੀ ਇਹ ਤਾਂ ਕਿੰਨੇ ਕੁ ਗਰੀਬ ਨੇ। ਪਰ ਯਾਰ ਜਿਹੜੀ ਕੁੜੀ ਨੂੰ ਪਸੰਦ ਨਹੀਂ ਕਰਦਾ ਉਹਦਾ ਵਿਆਹ ਕਿਵੇਂ ਕਰਾ ਲਾਂ? ਦੇਖੋ ਜੀ ਹੱਥ ਬੰਨਦਾ, ਬੇਨਤੀ ਆ ਹੁਣ ਰਿਸ਼ਤੇ ਤੁਹਾਨੂੰ ਮੁੱਕਰਿਓ। ਇਹਦਾ ਪਿਓ ਤਾਂ ਜਿਉਂਦਾ ਜੀ ਮਰ ਜੂਗਾ ਜੀ, ਦੋ ਕੁੜੀਆਂ ਨੇ ਵਿਚਾਰੇ ਕੋਲ, ਕਿੰਨਾ ਕੁ ਦਹੇਜ ਦੇਊਗਾ? ਪਲੀਜ਼ ਹੱਥ ਬੰਨਦੇ ਜੀ। ਯਾਰ ਦਾਜ ਦਹੇਜ ਦੀ ਤਾਂ ਮੈਂ ਗੱਲ ਨਹੀਂ ਕੀਤੀ, ਪਰ ਬੇਨਤੀ ਹੈ ਜੀ ਆ ਜਾਓ ਸਰ। ਕੀ ਕਰੀ ਜਾਂਦੇ ਸੀ? ਕੁਛ ਨਹੀਂ। ਅੱਛਾ ਮੈਂ ਪੁੱਛਦੀ ਸੀਗੀ ਜਾਣਾ ਅੱਜ ਕੰਮ ਤੇ? ਕੰਮ ਦੀ ਤਿਆਰੀ ਕਰਦਾ, ਤੂੰ ਜਾ ਆਪਣਾ ਕੰਮ ਕਰ ਲੈ। ਇੱਕ ਮਿੰਟ ਮੇਰੀ ਗੱਲ ਸੁਣੋਗੇ? ਗੁੱਸਾ ਨਾ ਕਰਿਓ, ਮੈਂ ਤਾਂ ਵੈਸੇ ਹੀ ਪੁੱਛਦੀ ਹਾਂ। ਜਿੱਦੇ ਦੀ ਮੈਂ ਇਸ ਘਰ 'ਚ ਆਈ ਹਾਂ ਤੁਸੀਂ ਸਿੱਧੇ ਮੂੰਹ ਮੇਰੇ ਨਾਲ ਗੱਲ ਤੱਕ ਨਹੀਂ ਕੀਤੀ, ਕੀ ਮੇਰੇ ਤੋਂ ਕੋਈ ਗਲਤੀ ਹੋ ਗਈ? ਦੇਖੋ ਇੱਦਾਂ ਦੀ ਕੋਈ ਗੱਲ ਨਹੀਂ, ਉਹਦਾ ਬਸ ਕੰਮ ਦਾ ਲੋੜ ਜਿਹਾ ਸੀ, ਤਾਂ ਕਰਕੇ ਮੈਥੋਂ ਥੋੜ੍ਹਾ ਮੈਂ ਪਰੇਸ਼ਾਨ ਰਹਿਣਾ। ਦੇਖੋ ਕੰਮ ਦਾ ਲੋੜ ਬੰਦੇ ਨੂੰ ਇੱਕ ਦਿਨ ਹੁੰਦਾ, ਦੋ ਦਿਨ ਹੁੰਦਾ, ਮਹੀਨਾ ਹੁੰਦਾ, ਪਰ ਇਹ ਤਾਂ ਨਹੀਂ ਰੋਜ਼ ਹੀ ਤੁਹਾਨੂੰ ਕੰਮ ਦਾ ਲੋੜ ਹੋਵੇ, ਕੋਈ ਨਾ ਕੋਈ ਗੱਲ ਤਾਂ ਹੈ। ਯਾਰ ਮੈਥੋਂ ਤਾਂ ਗੱਲਾਂ ਨਾ ਸੁਣ, ਠੀਕ ਹੈ ਆਪਣਾ ਕੰਮ ਕਰ ਲੈ, ਕਰ ਸਾਵਾਂ, ਮੇਰੇ ਦਿਲ ਦੀ ਜਾਣ ਦੀ ਲੋੜ ਨਹੀਂ। ਕਿਉਂ ਕਿਉਂ ਨਹੀਂ ਲੋੜ? ਤੁਹਾਡੀ ਘਰ ਵਾਲੀ ਹਾਂ ਮੈਂ, ਇੰਨਾ ਹੱਕ ਤਾਂ ਮੇਰਾ ਵੀ ਬਣਦਾ। ਇਹ ਸੁਣਨਾ ਹੀ ਚਾਹੁੰਦੀ ਹਾਂ ਤਾਂ ਫਿਰ ਸੁਣ, ਕਿਸੇ ਕੁੜੀ ਨੂੰ ਪਸੰਦ ਕਰਦਾ ਮੈਂ, ਤੇ ਨਾ ਵਿਆਹ ਤਾਂ ਬਸ ਧੋਖੇ ਨਾਲ ਹੀ ਹੋ ਗਿਆ। ਕੀ ਕਹੀ ਜਾਂਦੇ ਹੋ ਤੁਸੀਂ ਧੋਖੇ ਨਾ? ਇਹ ਕੋਈ ਗੱਲ ਹੋਈ ਭਲਾ, ਐਵੇਂ ਵਿਆਹ ਹੋ ਜਾਂਦੇ ਨੇ? ਨਹੀਂ ਜੇ ਨਾਲੇ ਤੁਸੀਂ ਮੈਨੂੰ ਪਸੰਦ ਹੀ ਨਹੀਂ ਕਰਦੇ ਸੀ ਫਿਰ ਮੈਨੂੰ ਵਿਆਹ ਹੀ ਕਿਉਂ ਕਰਾਇਆ? ਮੇਰੀ ਵੀ ਜ਼ਿੰਦਗੀ ਬਰਬਾਦ ਕੀਤੀ, ਖੁਦ ਦੀ ਵੀ ਕੀਤੀ। ਜੋ ਹੋ ਗਿਆ ਸੋ ਹੋ ਗਿਆ, ਹੁਣ ਮੇਰਾ ਦਿਮਾਗ ਖਾਣ ਦੀ ਲੋੜ ਨਹੀਂ, ਕੰਮ ਕਰ ਲੈ ਆਪਣਾ ਕੋਈ, ਮੈਨੂੰ ਜਾਣ ਦੇ ਅਤੇ ਮੇਰੀ ਉਡੀਕ ਨਾ ਕਰਿਆ ਕਰ। ਠੀਕ ਹੈ ਗਏ, ਮੈਨੂੰ ਪਸੰਦ ਨਹੀਂ ਕਰਦੇ ਫਿਰ ਇਹੋ ਜਿਹੀ ਕਿਹੋ ਜਿਹੀ ਮਜਬੂਰੀ ਸੀ ਜਿਹੜਾ ਆਪਦਾ ਮਨ ਮਾਰ ਕੇ ਇਹਨਾਂ ਨੂੰ ਮੇਰੇ ਨਾਲ ਵਿਆਹ ਕਰਾਉਣਾ, ਅਤੇ ਅੱਜ ਇਹ ਗੱਲ ਹੈ ਮੈਨੂੰ। ਪਰ ਮੈਂ ਕੀ ਕਰਾਂ, ਨਹੀਂ ਅੰਜਨੀ ਜੇ ਗੱਲ ਮੇਰੇ ਪਿਓ ਨੂੰ ਪਤਾ ਲੱਗੇ ਉਹ ਤਾਂ ਜਿਉਂਦੇ ਜੀ ਮਰ ਜੂ, ਨਹੀਂ ਡੈਡੀ ਨੂੰ ਇਹ ਗੱਲ ਨਹੀਂ ਪਤਾ ਲੱਗ ਸਕਦੀ। ਜਿਵੇਂ ਵੀ ਹੈ ਮੈਂ ਇਸ ਰਿਸ਼ਤੇ ਨੂੰ ਨਿਭਾਉਂਗੀ ਆਖਰੀ ਦਮ ਤੱਕ, ਕੋਈ ਨਹੀਂ ਅੱਜ ਨਹੀਂ ਤਾਂ ਕੱਲ੍ਹ ਇਹ ਵੀ ਮੈਨੂੰ ਸਮਝਣਗੇ, ਹੌਲੀ ਹੌਲੀ ਸਭ ਕੁਛ ਸਹੀ ਹੋ ਜੂ। ਮੈਂ ਕੋਈ ਗਲਤੀ ਨਹੀਂ ਕਰਦੀ ਇਸ ਰਿਸ਼ਤੇ 'ਚ।
ਦੀ ਨਹੀਂ ਹਲੇ ਇੰਤਜ਼ਾਰ ਕਰ ਰਹੀ ਸੀ ਤੁਹਾਡਾ ਕਿਉਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਮੈਂ ਨਾ ਕੀ ਗੱਲ ਕਰਨੀ ਹੈ ਸਵੇਰ ਦੀ ਨਾ ਮੇਰੇ ਦਿਮਾਗ 'ਚ ਕੋਈ ਗੱਲ ਘੁੰਮ ਰਹੀ ਹੈ ਜੇ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਸੀ ਮੈਨੂੰ ਪਸੰਦ ਨਹੀਂ ਕਰਦੇ ਫਿਰ ਮੈਂ ਨਾ ਵਿਆਹ ਕਿਉਂ ਕਰਾਇਆ ਮੇਰੀ ਜ਼ਿੰਦਗੀ ਕਿਉਂ ਬਰਬਾਦ ਕੀਤੀ ਦੇਖ ਤੇਰੇ ਅੱਗੇ ਮੈਨੂੰ ਸਫਾਈਆਂ ਦੇਣ ਦੀ ਕੋਈ ਲੋੜ ਨਹੀਂ ਚੁੱਪ ਕਰਕੇ ਤੇ ਕੰਮ ਕਰਦੀ ਰਹੇ ਪੈ ਜਾ ਖਾ ਪੀ ਇਹ ਕੀ ਮਤਲਬ ਹੈ ਆ ਜ਼ਬਰਦਸਤੀ ਦਾ ਰਿਸ਼ਤਾ ਮੈਂ ਨਹੀਂ ਨਿਭਾ ਸਕਦੀ ਘੱਟੋ ਘੱਟ ਮੈਨੂੰ ਸੱਚਾਈ ਤਾਂ ਪਤਾ ਹੋਣੀ ਚਾਹੀਦੀ ਹੈ ਕਿਹਨੂੰ ਪਿਆਰ ਕਰਦੇ ਹੋ ਤੁਸੀਂ ਇਹ ਤਾਂ ਦੱਸ ਦਿਓ ਤੇਰੀ ਭੈਣ ਨੂੰ ਪਿਆਰ ਕਰਦਾ ਸੀ ਮੈਂ ਜੱਸੀ ਹਾਂ ਦੇਖਿਆ ਤਾਂ ਪਹਿਲੀ ਵਾਰ ਉਸੇ ਨੂੰ ਹੀ ਸੀ ਸੋਚਦਾ ਸੀ ਤੇਰੇ ਪਿਓ ਦੇ ਉਹ ਇਕੱਲੀ ਕੁੜੀ ਹੈ ਪਰ ਜਦੋਂ ਤੈਨੂੰ ਲਿਆ ਕੇ ਮੇਰੇ ਨਾਲ ਬਿਠਾਤਾ ਨਾ ਸੱਚੀ ਤੇਰੇ ਟੁੱਟ ਗਿਆ ਮੈਂ ਤੈਨੂੰ ਪਾਉਣ ਬਾਰੇ ਤਾਂ ਕਦੇ ਸੋਚੀ ਨਹੀਂ ਸੀ ਪਰ ਨਾ ਕਿੰਨਾ ਮਰਦੀ ਚੱਲ ਤੁਸੀਂ ਇੱਕ ਆਫਰ ਦਿੰਦਾ ਦੇਖ ਉਹਨੂੰ ਪਾਉਣ ਵਾਸਤੇ ਮੈਨੂੰ ਕੁਛ ਤਾਂ ਕਰਨਾ ਪੈਣਾ ਹੈ ਜਾਂ ਤਾਂ ਮੈਨੂੰ ਤਲਾਕ ਦੇ ਦਿੰਦੀ ਮਾਰ ਦਿੰਦਾ ਮੈਂ ਤੈਨੂੰ ਛੱਡੋ ਚੱਲ ਛੱਡ ਦਿੰਦਾ ਜੇ ਜਾਣਾ ਚਾਹੁੰਦੀ ਹੈ ਨਾ ਕੰਮ ਕਰ ਆਪਦੀ ਭੈਣ ਨੂੰ ਕਿਸੇ ਨਾ ਕਿਸੇ ਤਰੀਕੇ ਇਸ ਘਰ 'ਚ ਲੈ ਕੇ ਆ ਜਵਾਬ ਦੇ ਮੇਰੀ ਗੱਲ ਦਾ ਲੈ ਕੇ ਆਵੇਂਗੀ ਨਾ ਇਸ ਘਰ 'ਚੋਂ ਦੱਸ ਤੈਨੂੰ ਤੈਨੇ ਤੇਰੇ ਕੋਲ ਧਿਆਨ ਕਿੱਥੇ ਆ ਤੇਰਾ ਗੱਲ ਨਹੀਂ ਕੀਤੀ ਤੇ ਹਾਲੇ ਤੱਕ ਕੀਤੀ ਸੀ ਜੱਸੀ ਨਾਲ ਛੱਡੋ ਕੀ ਗੱਲ ਕੀਤੀ ਤੇ ਨਾਲ ਮੈਂ ਕਿਹਾ ਸੀ ਉਹਨੂੰ ਵੀ ਮੇਰੇ ਕੋਲ ਆ ਕੇ ਜਾਵੇ ਤੇ ਗੱਲ ਸੁਣ ਲੈ ਮੇਰੀ ਦੋ ਦਿਨ ਤਾਂ ਤੇਰੇ ਲੰਘ ਗਏ ਰਹਿ ਗਿਆ ਇੱਕ ਦਿਨ ਛੇਤੀ ਗੱਲ ਕਰ ਨਹੀਂ ਤੇਰੇ ਫੁੱਲਾਂ 'ਤੇ ਆਉਣਗੇ ਜੱਸੀ ਮੈਨੂੰ ਤਾਂ ਕੁਛ ਸਮਝ ਹੀ ਨਹੀਂ ਆ ਰਿਹਾ ਜੱਸੀ ਚੱਲ ਮੈਂ ਤੈਨੂੰ ਬਾਅਦ 'ਚ ਗੱਲ ਕਰਦੀ ਹੋ ਸਕੇ ਤਾਂ ਜਲਦੀ ਆ ਜੀ ਚੰਗਾ ਚੰਗਾ ਕੀਤੀ ਤੂੰ ਗੱਲ ਹਾਂ ਜੱਸੀ ਨਾਲ ਹੀ ਗੱਲ ਕੀਤੀ ਸੀ ਉਹਨੂੰ ਨਾ ਛੁੱਟੀ ਨਹੀਂ ਮਿਲੀ ਉਹਦੀ ਜੌਬ ਤੋਂ ਉਹ ਕਹਿੰਦੀ ਜਦ ਵੀ ਮੈਨੂੰ ਛੁੱਟੀ ਮਿਲੂਗੀ ਮੈਂ ਤੇਰੇ ਕੋਲ ਆ ਜਾਊਂਗੀ ਮੈਂ ਉਦਾਂ ਬੁਲਾਉਣ ਵਾਸਤੇ ਨਹੀਂ ਸੋਚ ਰਿਹਾ ਜੇ ਮੈਂ ਤੈਨੂੰ ਆਖਿਆ ਹੋਵੇ ਗੱਲ ਕਰ ਉਵੇਂ ਗੱਲ ਕੀਤੀ ਸੀ ਤੁਹਾਨੂੰ ਪਤਾ ਨਾ ਮੇਰੇ ਡੈਡੀ ਦਾ ਉਹ ਪਹਿਲੀ ਬਿਮਾਰ ਨੇ ਉਹ ਐਡੀ ਗੱਲ ਸੁਣਨਗੇ ਕਿਵੇਂ ਬਰਦਾਸ਼ਤ ਕਰਨਗੇ ਮੇਰੇ ਸਾਹਮਣੇ ਕੀਰਨੇ ਜਨਾਪਾ ਗੱਲ ਕਰ ਉਹਦੇ ਨਾਲ ਮੈਂ ਕਰ ਲੂੰਗੀ ਗੱਲ ਤੁਹਾਨੂੰ ਪਤਾ ਤਾਂ ਹੈ ਮੈਂ ਤੁਹਾਨੂੰ ਦੱਸਿਆ ਵੀ ਡੈਡੀ ਤੇਰੇ ਤੋਂ ਗੱਲ ਨਹੀਂ ਹੋਣੀ ਤੇਰੇ ਤੋਂ ਸਾਪਾ ਸਵੇੜ ਨਹੀਂ ਪਊਗਾ ਮੈਨੂੰ ਮੈਂ ਕਰੂੰਗੀ ਮੈਂ ਕਿਤੇ ਤੇਰਾ ਤੈਨੂੰ ਕਹੀ ਤੂੰ ਕਿੱਥੋਂ ਆ ਗਿਆ ਓਏ ਸੌਰੀ ਬਾਈ ਜੇ ਮੈਂ ਨਾ ਐਂ ਕਰਦਾ
ਉਹਦੀ ਜਾਨ ਲੈਣੀ ਸੀ ਤੁਸੀਂ, ਮੈਨੂੰ ਕਰਨਾ ਪਿਆ, ਮੈਂ ਕਹਾਉਣਾ ਇਹ ਜਾਣ ਕੇ ਤੁਸੀਂ ਕੀ ਲੈਣਾ। ਪਰ ਹਾਂ, ਮੈਨੂੰ ਇੰਨਾ ਤਾਂ ਪਤਾ ਕਿ ਤੁਸੀਂ ਅੰਜੂ ਨੂੰ ਪਿਆਰ ਨਹੀਂ ਕਰਦੇ। ਪਿਆਰ ਤਾਂ ਤੁਸੀਂ ਜੱਸੀ ਨੂੰ ਕਰਦੇ ਸੀ ਨਾ, ਵਿਆਹ ਉਹਦੇ ਨਾਲ ਕਰਾਉਣਾ ਸੀ ਨਾ ਤੁਸੀਂ। ਹਾਂ, ਇਹਦੇ ਨਾਲ ਤਾਂ ਤੁਸੀਂ ਧੋਖੇ ਨਾਲ ਹੀ ਵਿਆਹ ਗਏ। ਉਦੋਂ ਹੀ ਨਾ ਕਰਨੇ ਸੀ ਬਾਈ, ਹੁਣ ਆ ਕਿਹਾ ਕੁਛ ਨਹੀਂ ਸੀ ਕਰਨਾ। ਮੰਨਿਆ ਬਾਈ, ਤੁਸੀਂ ਜੱਸੀ ਨੂੰ ਪਿਆਰ ਕਰਦੇ ਸੀ, ਪਰ ਕਦੇ ਜੱਸੀ ਨੂੰ ਪੁੱਛਿਆ ਤੁਸੀਂ ਕਿ ਉਹ ਤੁਹਾਨੂੰ ਪਿਆਰ ਕਰਦੀ ਹੈ ਜਾਂ ਨਹੀਂ? ਬਾਈ, ਜ਼ਰੂਰੀ ਨਹੀਂ ਹੁੰਦਾ ਜਿਹਨੂੰ ਤੁਸੀਂ ਪਿਆਰ ਕਰਦੇ ਹੋਵੋ ਉਹ ਬਦਲੇ 'ਚ ਤੁਹਾਨੂੰ ਵੀ ਪਿਆਰ ਕਰੇ। ਬਾਕੀ ਰਿਸ਼ਤੇ ਤਾਂ ਬਾਈ ਰੱਬ ਬਣਾ ਕੇ ਭੇਜਦਾ, ਤੁਹਾਡਾ ਵਿਆਹ ਹੋਇਆ ਇਹਦੇ ਨਾਲ, ਕੋਈ ਮਜ਼ਾਕ ਨਹੀਂ। ਬਾਕੀ ਮੈਂ ਤਾਂ ਛੋਟਾ ਹੀ ਹਾਂ ਤੁਹਾਡੇ ਤੋਂ, ਤੁਹਾਨੂੰ ਸਮਝਾਉਂਦਾ ਚੰਗਾ ਨਹੀਂ ਲੱਗਦਾ। ਸਹੀ ਕਹਿੰਦੇ ਨੇ ਜੀਜੂ, ਜਦੋਂ ਰਿਸ਼ਤਾ ਹੋਇਆ ਸੀ ਤੁਹਾਨੂੰ ਉਦੋਂ ਹੀ ਸੱਚ ਦੱਸ ਦੇਣਾ ਚਾਹੀਦਾ ਸੀ। ਤੁਸੀਂ ਆਪਣੇ ਆਪ ਦੇ ਨਾਲ ਨਾਲ ਮੇਰੀ ਦੀਦੀ ਨੂੰ ਵੀ ਧੋਖਾ ਦਿੱਤਾ। ਜੇ ਉਦੋਂ ਸੱਚ ਦੱਸ ਦਿੰਦੇ ਨਾ ਤਾਂ ਅੱਜ ਮੇਰੀ ਦੀਦੀ ਦੀ ਜ਼ਿੰਦਗੀ ਨਾ ਬਰਬਾਦ ਹੁੰਦੀ। ਬਹੁਤ ਗਲਤ ਕੀਤਾ ਤੁਸੀਂ, ਪਰ ਜੀਜੂ ਇੱਕ ਵਾਰ ਸੋਚ ਕੇ ਦੇਖੋ, ਤੁਸੀਂ ਇਹਨਾਂ ਨਾਲ ਵਿਆਹ ਕਰ ਲਿਆ, ਇਹ ਤੁਹਾਡੇ ਜੀਵਨ ਸਾਥੀ ਨੇ, ਸਾਰੀ ਜ਼ਿੰਦਗੀ ਤੁਹਾਡਾ ਸਾਥ ਦੇਣਗੇ, ਤੁਹਾਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਮਾਫ਼ ਕਰੀ ਜੱਸੀ, ਪਤਾ ਨਹੀਂ ਮੈਂ ਕਿਉਂ ਇੰਨਾ ਅੰਨਾ ਹੋ ਗਿਆ ਸੀ, ਇਹ ਤੈਨੂੰ ਪਾਉਣ ਬਾਰੇ ਸੋਚਦਾ ਰਿਹਾ। ਇਹ ਤਾਂ ਸੋਚੀ ਨਹੀਂ ਕਿ ਆਪਣਾ ਸਾਰਾ ਕੁਛ ਛੱਡ ਛੁੜਾ ਕੇ ਮੇਰੀ ਜ਼ਿੰਦਗੀ 'ਚ ਆਈਏ। ਧੰਨਵਾਦ ਭਾਈ, ਮੈਨੂੰ ਗੁਨਾਹ ਕਰਨ ਤੋਂ ਰੋਕਿਆ ਤੂੰ। ਸਭ ਤੋਂ ਵੱਡਾ ਗੁਨਾਹ ਕਰਤਾ ਮੈਂ ਤੇਰਾ, ਮਾਫ਼ ਕਰਤੀ ਮੈਨੂੰ। ਮੈਂ ਸਿਰਫ ਪਾਉਣ ਨੂੰ ਹੀ ਪਿਆਰ ਸਮਝਦਾ ਰਿਹਾ, ਅਪਣਾਉਣ ਨੂੰ ਵੀ ਸਮਝਦਾ ਤਾਂ ਇਹਦੀਆਂ ਗਲਤੀਆਂ ਨਾ ਹੁੰਦੀਆਂ। ਤੁਸੀਂ ਹੱਥ ਨਾ ਜੋੜੋ, ਤੁਸੀਂ ਜੋ ਮਰਜ਼ੀ ਸਲੂਕ ਕੀਤਾ ਮੇਰੇ ਨਾਲ, ਪਰ ਮੇਰਾ ਫਰਜ਼ ਬਣਦਾ ਸੀ ਵੀ ਮੈਂ ਇਹ ਰਿਸ਼ਤਾ ਕਿਸੇ ਵੀ ਹਾਲਤ 'ਚ ਟੁੱਟਣ ਨਹੀਂ ਦੇਣਾ ਸੀ। ਸਹੀ ਕਹਿੰਦੇ ਨੇ ਦੀਦੀ, ਇਹ ਤਾਂ ਜਨਮਾਂ ਜਨਮਾਂ ਦੇ ਰਿਸ਼ਤੇ ਨੇ, ਇਹ ਥੋੜ੍ਹੇ ਨਾ ਟੁੱਟ ਜਾਂਦੇ ਆ। ਪਲੀਜ਼ ਜੀਜੂ, ਤੁਸੀਂ ਖੁਸ਼ੀ ਖੁਸ਼ੀ ਰਹੋ, ਜ਼ਿੰਦਗੀ ਦਾ ਕੀ ਭਰੋਸਾ ਹੈ। ਫਿਕਰ ਨਾ ਕਰ ਜੱਸੀ, ਹੁਣ ਅਸੀਂ ਖੁਸ਼ੀ ਖੁਸ਼ੀ ਰਹਾਂਗੇ, ਤਾਂ ਤੁਸੀਂ ਦੋਨੋਂ ਵੀ ਵਿਆਹ ਕਰਾ ਲਓ। ਹਾਂਜੀ, ਚੱਲੀ ਫਿਰ ਆਪਾਂ। ਹੁਣ ਤਾਂ ਮੇਰੀ ਛੋਟੀ ਭੈਣ ਦਾ ਵਿਆਹ ਹੋਊਗਾ ਤੇ ਸਭ ਤੋਂ ਵੱਧ ਚਾਹ ਮੈਨੂੰ ਹੀ ਹੋਣਾ। ਠੀਕ, ਬਿਲਕੁਲ ਦੀ, ਧਿਆਨ ਰੱਖਿਓ। ਹਾਂ, ਤੂੰ ਵੀ ਡੈਡੀ ਦਾ ਧਿਆਨ ਰੱਖੀ, ਚੰਗਾ, ਅਸੀਂ ਮਾਰਦੇ ਹਾਂ ਗੇੜਾ ਕੋਈ ਨਹੀਂ। ਠੀਕ ਹੈ, ਚੱਲ ਠੀਕ ਹੈ, ਧਿਆਨ ਰੱਖੀ।